ਬਾਬ ਅਤੇ ਬੇਟੇ ਅਤੇ ਰੂਪਾਕ ਦੇ ਨਾਂ ਦੇ ਉੱਤੇ ਆਮੀਨ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਜੈ ਜੀ ਸੁਮਸੀ ਦੀ ਪਿਆਰੇ ਦੋਸਤੋ ਇੱਕ ਸਵਾਲ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਮਾਂ ਦਾ ਆਦਰ ਕਰਦੇ ਹੋ ਕਿ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤੁਹਾਡਾ ਸਾਰਿਆਂ ਦਾ ਜਵਾਬ ਇਹੋ ਹੀ ਹੋਏਗਾ ਕਿ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹਾਂ ਆਪਣੀ ਮਾਂ ਦਾ ਆਦਰ ਕਰਦੇ ਹਾਂ ਇਸੇ ਕਰਕੇ ਹੀ ਪੰਜਾਬੀ ਦੇ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੂਜਾ ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਇਹ ਮਾਂ ਹੈ ਜੋ ਬਹੁਤ ਕੁਰਬਾਨੀਆਂ ਕਰਦੀ ਹੈ ਇਹ ਮਾਂ ਹੈ ਜੋ ਇੱਕ ਬੱਚੇ ਨੂੰ 9 ਮਹੀਨੇ ਤੱਕ ਆਪਣੀ ਕੱਖ ਵਿੱਚ ਰੱਖਦੀ ਹੈ ਇਹ ਮਾਂ ਹੈ ਜੋ ਉਸ ਬੱਚੇ ਨੂੰ ਜਨਮ ਦੇ ਬਾਅਦ ਕੁਝ ਸਾਲਾਂ ਤੱਕ ਆਪਣਾ ਦੁੱਧ ਪਿਲਾ ਕੇ ਉਸ ਦਾ ਪਾਲਣ ਪੋਸ਼ਣ ਕਰਦੀ ਹੈ ਤੇ ਕੀ ਇੱਕ ਇਨਸਾਨ ਆਪਣੀ ਮਾਂ ਦੇ ਉਸ ਪਿਆਰ ਨੂੰ ਕਦੀ ਭੁੱਲ ਸਕਦਾ ਹੈ ਕਦੀ ਨਹੀਂ ਭੁੱਲ ਸਕਦਾ ਇਸ ਲਈ ਪਿਆਰਿਓ ਅੱਜ ਜਿਹੜਾ ਮੇਰਾ ਵਿਸ਼ਾ ਹੈ ਉਹ ਹੈ ਮਾਂ ਮਰੀਮ ਦਾ ਅੱਲਾ ਪਿਆਰ ਹੁਣ ਸਵਾਲ ਇੱਥੇ ਇਹ ਹੈ ਕਿ ਅਸੀਂ ਆਪਣੀ ਮਾਂ ਦਾ ਆਦਰ ਕਰਦੇ ਹਾਂ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹਾਂ ਲੇਕਿਨ ਅਸੀਂ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਮਾਂ ਮਰੀਮ ਦਾ ਆਦਰ ਨਹੀਂ ਕਰਦੇ ਜੋ ਖੁਦਾ ਦੀ ਮਾਂ ਹੈ ਦੇਖੋ ਇੱਕ ਦੁਨੀਆਦਾਰੀ ਦੇ ਨਾਤੇ ਅਸੀਂ ਆਪਣੀਆਂ ਮਾਵਾਂ ਦਾ ਕਿੰਨਾ ਸਤਿਕਾਰ ਕਰਦੇ ਹਾਂ ਲੇਕਿਨ ਖੁਦਾ ਦੀ ਜਿਹੜੀ ਮਾਂ ਹੈ ਉਸ ਦਾ ਅਸੀਂ ਤਿਰਸਕਾਰ ਕਰਦੇ ਹਾਂ ਉਹਦੇ ਬਾਰੇ ਅਪ ਸ਼ਬਦ ਬੋਲਦੇ ਹਾਂ ਪਿਆਰਿਓ ਜੇਕਰ ਅਸੀਂ ਸੱਚਮੁੱਚ ਆਪਣੀ ਮਾਂ ਦਾ ਆਦਰ ਕਰਦੇ ਹਾਂ ਤੇ ਫਿਰ ਅਸੀਂ ਦੂਜਿਆਂ ਦੀ ਮਾਂ ਦਾ ਵੀ ਆਦਰ ਕਰਾਂਗੇ ਫਿਰ ਅਸੀਂ ਪ੍ਰਭੂ ਯਿਸੂ ਮਸੀਹ ਦੀ ਮਾਂ ਦਾ ਆਦਰ ਕਰਾਂਗੇ ਜੋ ਸਾਡਾ ਮੁਕਤੀਦਾਤਾ ਹੈ ਜਿਸ ਦੇ ਦੁਆਰਾ ਨਜਾਤ ਇਸ ਦੁਨੀਆ ਦੇ ਵਿੱਚ ਆਈ ਹੈ ਪੰਜਾਬੀ ਦਾ ਇੱਕ ਮਸ਼ਹੂਰ ਗੀਤ ਹੈ ਮਾਂ ਮਰੀਮ ਦੇ ਬਾਰੇ ਜੋ ਗਾਇਆ ਗਿਆ ਹੈ ਕਿ ਹਵਾਨ ਕੋਲੋਂ ਜੱਗ ਤੇ ਮੌਤ ਆਈ ਪਰ ਮਰੀਅਮ ਦੇ ਨਾਲ ਨਜ਼ਾਤ ਆਈ ਹੁਣ ਮਾਂ ਮਰੀਅਮ ਉਹ ਸ਼ਖਸ ਹੈ ਜਿਹਦੇ ਦੁਆਰਾ ਨਜ਼ਾਤ ਇਸ ਦੁਨੀਆ ਦੇ ਵਿੱਚ ਆਈ ਮੁਕਤੀਦਾਤਾ ਪ੍ਰਭੂ ਯਿਸੂਮਸੀ ਇਸ ਦੁਨੀਆ ਦੇ ਵਿੱਚ ਆਇਆ ਦੇਹ ਧਰ ਕੇ ਉਹ ਇਨਸਾਨ ਬਣਿਆ ਫਿਰ ਅਸੀਂ ਉਸ ਮਾਂ ਦਾ ਆਦਰ ਕਰਨਾ ਹੈ ਹੁਣ ਮੈਂ ਤੁਹਾਨੂੰ ਕੁਝ ਬਾਈਬਲ ਦੇ ਵਿੱਚੋਂ ਹਵਾਲੇ ਪੜ ਕਿੰਦਾ ਸੰਗਾ ਕਿ ਅਸੀਂ ਕਿਉਂ ਮਾਂ ਮਰੀਮ ਦਾ ਆਦਰ ਕਰਨਾ ਹੈ ਕਿਉਂ ਮਾਂ ਮਰੀਮ ਨੂੰ ਅਸੀਂ ਸਤਿਕਾਰ ਦੇਣਾ ਹੈ ਅਸੀਂ ਸੰਤ ਲੂਕਾ ਦੀ ਅੰਜੀਲ ਉਸ ਦਾ ਪਹਿਲਾ ਅਧਿਆਇ ਉਸ ਦੀ 28 ਐਤ ਦੇ ਵਿੱਚ ਅਸੀਂ ਪੜਦੇ ਹਾਂ ਹੁਣ ਇਸ ਨੂੰ ਨੋਟ ਕਰ ਲਵੋ ਲੂਕਾ ਦੀ ਅੰਜੀਲ ਉਸ ਦਾ ਪਹਿਲਾ ਅਧਿਆਇ 28 ਐਤ ਦੇ ਵਿੱਚ ਕਿ ਮਾਂ ਮਰੀਮ ਨੂੰ ਜਬਰਾਈਲ ਦੂਤ ਨੇ ਆ ਕੇ ਸਲਾਮ ਕੀਤਾ ਅਸੀਂ ਵਚਨ ਦੇ ਵਿੱਚੋਂ ਹੀ ਸੁਣਾਗੇ ਸੰਤ ਲੂਕਾ ਦੀ ਅੰਜੀਲ ਉਸ ਦਾ ਪਹਿਲਾ ਅਧਿਆਇ ਉਸ ਦੀ 2 ਹੈ ਦੇ ਵਿੱਚ ਲਿਖਿਆ ਹੈ ਫਰਿਸ਼ਤੇ ਨੇ ਉਸ ਦੇ ਕੋਲ ਆ ਕੇ ਕਿਹਾ ਸਲਾਮ ਫਜ਼ਲ ਨਾਲ ਭਰੀ ਹੋਈ ਪ੍ਰਭੂ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧੰਨ ਹੈ ਦੇਖੋ ਇੱਕ ਫਰਿਸ਼ਤਾ ਆ ਕੇ ਉਸ ਮਹਾਨ ਖੁਦਾ ਦੀ ਮਾਂ ਨੂੰ ਹੋਣ ਵਾਲੀ ਖੁਦਾ ਦੀ ਮਾਂ ਨੂੰ ਉਹ ਪ੍ਰਣਾਮ ਕਰ ਰਿਹਾ ਹੈ ਸਲਾਮ ਕਰ ਰਿਹਾ ਹੈ ਹੁਣ ਕਦੀ ਤੁਹਾਨੂੰ ਜਾਂ ਕਿਸੇ ਵੀ ਮਾਨੂ ਫਰਿਸ਼ਤੇ ਨੇ ਆ ਕੇ ਸਲਾਮ ਕੀਤਾ ਹੈ ਕਿਸੇ ਵੀ ਮਾਨੂ ਉਹ ਫਰਿਸ਼ਤਿਆਂ ਨੇ ਉਹ ਰਤਬਾ ਦਿੱਤਾ ਹੈ ਦਰਸ਼ਨ ਦਿੱਤਾ ਹੈ ਦਰਸ਼ਨ شاید ਦਿੱਤੇ ਹੋਣਗੇ ਲੇਕਿਨ ਕਿਸੇ ਨੂੰ ਵੀ ਸਲਾਮ ਨਹੀਂ ਕੀਤਾ ਹੋਏਗਾ ਫਰਿਸ਼ਤੇ ਨੇ ਗੱਲਾਂ ਨਹੀਂ ਕੀਤੀਆਂ ਹੋਣਗੀਆਂ ਇੱਥੇ ਮਾਂ ਮਰੀਮ ਨੂੰ ਫਰਿਸ਼ਤਾ ਸਲਾਮ ਕਰ ਰਿਹਾ ਹੈ ਕਿਉਂਕਿ ਉਸ ਨੂੰ ਖੁਦਾ ਨੇ ਦੁਨੀਆ ਦੇ ਸ਼ੁਰੂ ਤੋਂ ਹੀ ਚੁਣ ਲਿਆ ਸੀ ਫਿਰ ਅਸੀਂ ਕੌਣ ਹੁੰਨੇ ਹਾਂ ਕੀ ਅਸੀਂ ਉਸ ਪਾਕ ਪਵਿੱਤਰ ਬਿਦਾ ਕੁਆਰੀ ਦੇ ਬਾਰੇ ਅਸੀਂ ਅਪਸ਼ਬਦ ਬੋਲੀਏ ਜਾਂ ਉਸ ਦਾ ਤਿਰਸਕਾਰ ਕਰੀਏ ਤੇ ਅੱਗੇ ਪਿਆਰਿਓ ਪਹਿਲਾ ਅਧਿਆਇ ਉਸ ਦੀ 42 ਆਇਤ ਦੇ ਵਿੱਚ ਬਜ਼ੁਰਗ ਅਲਿਸਬਤ ਮਾਂ ਮਰੀਮ ਦੇ ਬਾਰੇ ਕੀ ਕਹਿੰਦੀ ਹੈ ਉਹ ਵੀ ਇੱਥੇ ਲਿਖਿਆ ਹੋਇਆ ਹੈ ਉਹ ਉੱਚੀ ਆਵਾਜ਼ ਦੇ ਨਾਲ ਬੋਲ ਪਈ ਤੂੰ ਔਰਤਾਂ ਵਿੱਚੋਂ ਧਨ ਹੈ ਅਤੇ ਧਨ ਹੈ ਤੇਰੀ ਕੁਖ ਦਾ ਫਲ ਹੁਣ ਕਈ ਭੈਣ ਭਰਾ ਜੋ ਕੈਥਲਿਕ ਵਿਸ਼ਵਾਸੀ ਹਨ ਉਹਨਾਂ ਦੇ ਉੱਤੇ ਦੋਸ਼ ਲਾਉਂਦੇ ਹਨ ਕਿ ਇਹਨਾਂ ਨੇ ਆਪਣੀ ਹੀ ਪ੍ਰਾਰਥਨਾ ਬਣਾਈ ਹੋਈ ਹੈ ਇਹ ਮਾਂ ਮਰੀਮ ਦੀ ਪੂਜਾ ਕਰਦੇ ਹਨ ਪਿਆਰੇ ਭਰਾਵੋ ਤੇ ਭੈਣੋ ਤੁਹਾਡੀ ਜਾਣਕਾਰੀ ਦੇ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਕੈਥਲਿਕ ਮਾਂ ਮਰੀਮ ਦੀ ਪੂਜਾ ਨਹੀਂ ਕਰਦਾ ਹੈ ਮਾਂ ਮਰੀਮ ਦਾ ਸਤਿਕਾਰ ਕਰਦਾ ਹੈ ਮਾਂ ਮਰੀਮ ਨੂੰ ਉਹ ਮਾਣ ਦਿੰਦੇ ਹਨ ਕਿਉਂਕਿ ਉਹ ਖੁਦਾ ਦੀ ਮਾਂ ਹੈ ਜੇਕਰ ਅਸੀਂ ਆਪਣੀ ਮਾਂ ਨੂੰ ਇੰਨਾ ਮਾਣ ਦਿੰਦੇ ਹਾਂ ਤੇ ਫਿਰ ਖੁਦਾ ਦੀ ਮਾਂ ਨੂੰ ਮਾਣ ਦੇਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈ ਕਿ ਕੋਈ ਅਸੀਂ ਗਲਤੀ ਕਰ ਰਹੇ ਹਾਂ ਕੋਈ ਗਲਤੀ ਨਹੀਂ ਹੈ ਦੇਖੋ ਹੁਣ ਜਦੋਂ ਅਸੀਂ ਉਸ ਸਲਾਮ ਮੈਰੀਮ ਦੀ ਜੋ ਦੁਆ ਅਸੀਂ ਪੜ੍ਹਦੇ ਹਾਂ ਉਹ ਪਵਿੱਤਰ ਬਾਈਬਲ ਦੇ ਵਿੱਚੋਂ ਹੈ ਪਵਿੱਤਰ ਅੰਜੀਲ ਦੇ ਵਿੱਚੋਂ ਹੈ ਉਸ ਦਾ ਜੋ ਪਹਿਲਾ ਹਿੱਸਾ ਹੈ ਉਹ ਪੂਰਾ ਹੀ ਬਾਈਬਲ ਦੇ ਵਿੱਚੋਂ ਹੈ ਸਲਾਮ ਹੈ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰ ਤੇਰੇ ਨਾਲ ਹੈ ਤੇ ਅਗਲੀ ਜਿਹੜੀ ਇਹ ਹੈ ਜੋ ਫਰਿਸ਼ਤੇ ਨੇ ਸਲਾਮ ਬੁਲਾਇਆ ਸੀਗਾ ਉਸ ਦਾ ਜੋ ਅਗਲਾ ਹਿੱਸਾ ਹੈ ਉਹ ਲਿਜ਼ਬਤ ਦੀਆਂ ਗੱਲਾਂ ਨੇ ਜੋ ਉਸਨੇ ਮਾਂ ਮਰੀਮ ਦੇ ਬਾਰੇ ਕਹੀਆਂ ਤੂੰ ਔਰਤਾਂ ਵਿੱਚੋਂ ਧਨ ਹੈ ਅਤੇ ਧਨ ਹੈ ਤੇਰੀ ਕੁੱਖ ਦਾ ਫਲ ਹੁਣ ਕਲਿਸੀਆ ਨੇ ਸਿਰਫ ਇੱਕ ਲਾਈਨ ਐਡ ਕੀਤੀ ਹੈ ਥੱਲੇ ਉਹ ਵੀ ਜਿਹੜੇ ਮਹਾਨ ਵਿਦਵਾਨ ਹੋਏ ਨੇ ਉਹਨਾਂ ਨੇ ਮੰਨਨ ਕਰਕੇ ਉਹਦੇ ਤੇ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਉਹ ਜਿਹੜੀ ਥੱੜੀ ਲਾਈਨ ਹੈ ਉਹ ਐਡ ਕੀਤੀ ਹੈ ਤੇ ਉਹ ਕੀ ਹੈ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਦੇਖੋ ਅਸਾਂ ਗੁਨਾਹਗਾਰਾਂ ਲਈ ਅਸੀਂ ਉਥੇ ਦੁਆ ਕਰਨ ਦੇ ਲਈ ਆਖ ਰਹੇ ਹਾਂ ਮਾਂ ਮਰੀਮ ਨੂੰ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਅਤੇ ਸਾਡੀ ਮੌਤ ਦੇ ਵੇਲੇ ਤੱਕ ਸਾਡੇ ਲਈ ਦੁਆ ਕਰ ਹੁਣ ਇਹ ਦੁਆ ਕਰਨ ਦੇ ਵਿੱਚ ਕੀ ਹਰਜ ਹੈ ਹੁਣ ਦੇਖੋ ਅਸੀਂ ਵੀ ਘਰਾਂ ਦੇ ਵਿੱਚ ਜਾਂਦੇ ਹਾਂ ਮੈਂ ਫਾਦਰ ਹਾਂ ਇਸ ਤਰ੍ਹਾਂ ਬਹੁਤ ਸਾਰੇ ਫਾਦਰ ਬਹੁਤ ਸਾਰੇ ਪਾਸਟਰ ਨੇ ਬਹੁਤ ਸਾਰੇ ਖੁਦਾ ਦੇ ਸੇਵਕ ਨੇ ਹੁਣ ਜਾ ਕੇ ਉੱਥੇ ਦੁਆ ਕਰਦੇ ਨੇ ਤੇ ਉਹ ਦੁਆ ਕਿਹੜੀ ਕਰਦੇ ਨੇ ਦਿੱਲੀ ਦੁਆ ਕਰਦੇ ਨੇ ਲੇਕਿਨ ਇਹ ਦੁਆ ਕਲਿਸਿਆ ਦੇ ਦੁਆਰਾ ਬਣਾਈ ਗਈ ਹੈ ਇਹ ਦੁਆ ਹੈ ਜਿਹਦੇ ਉੱਤੇ ਬਹੁਤ ਸਾਰਾ ਮੰਨਨ ਕੀਤਾ ਵਿਦਵਾਨਾਂ ਨੇ ਇਹਦੇ ਉੱਤੇ ਪ੍ਰਾਰਥਨਾ ਕਰਕੇ ਇਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਅਤੇ ਉਸਦੇ ਬਾਅਦ ਜਦੋਂ ਸਾਰੇ ਵਿਦਵਾਨਾਂ ਨੇ ਉਹਦੇ ਤੇ ਚਰਚਾ ਕਰਕੇ ਵਿਚਾਰ ਕਰਕੇ ਤੇ ਫਿਰ ਉਸ ਨੂੰ ਕਲਿਸੀਆਂ ਨੂੰ ਦਿੱਤਾ ਤੇ ਫਿਰ ਅਸੀਂ ਉਹ ਪ੍ਰਾਰਥਨਾ ਨੂੰ ਪੜ੍ਹਦੇ ਹਾਂ ਇਹ ਦਿਲੀ ਦੁਆ ਨਹੀਂ ਹੈ ਇਹ ਕੋਈ ਦਿਲੀ ਦੁਆ ਨਹੀਂ ਹੈ ਇਹ ਪਵਿੱਤਰ ਆਤਮਾ ਵੱਲੋਂ ਪ੍ਰੇਰਿਤ ਕੀਤੀ ਹੋਈ ਪ੍ਰਾਰਥਨਾ ਹੈ ਇਸ ਕਰਕੇ ਪਿਆਰਿਓ ਅਸੀਂ ਉਹ ਮਾਂ ਨੂੰ ਸੱਚਮੁੱਚ ਉਹ ਮਾਂ ਵਾਲਾ ਹੀ ਦਰਜਾ ਦੇਣਾ ਹੈ ਜੋ ਅਸੀਂ ਆਪਣੀ ਮਾਂ ਨੂੰ ਦਿੰਨੇ ਆ ਉਸ ਤੋਂ ਵੱਧ ਉਸ ਤੋਂ ਹਜ਼ਾਰਾਂ ਗੁਣਾ ਵੱਧ ਦੇਣਾ ਹੈ ਕਿਉਂਕਿ ਇਸ ਮਾਂ ਦੇ ਦੁਆਰਾ ਨਜ਼ਾਤ ਇਸ ਦੁਨੀਆ ਦੇ ਵਿੱਚ ਆਈ ਹੁਣ ਪਿਆਰਿਓ ਦੂਸਰੀ ਜੋ ਗੱਲ ਹੈ ਉਹ ਹੈ ਕਿ ਕਈ ਭੈਣ ਭਰਾ ਅੰਜੀਲ ਦੇ ਵਿੱਚੋਂ ਕਹਿੰਦੇ ਹਨ ਕਿ ਮਾਂ ਮਰੀਯਮ ਪ੍ਰਭੂ ਯਿਸੂਮਸੀ ਦੇ ਜਨਮ ਦੇ ਬਾਅਦ ਉਹ ਕੁਆਰੀ ਨਹੀਂ ਸੀ ਉਹਦੇ ਹੋਰ ਬੱਚੇ ਸੀ ਉਹਦੇ ਹੋਰ 3 ਪੁੱਤਰ ਸੀ ਪਿਆਰਿਓ ਯਸ਼ਾ ਨਬੀ ਦੀ ਪੁਸਤਕ 17ਵਾਂ ਅਧਿਆਇ ਉਹਦੀ 14ਵੀਂ ਆਦ ਦੇ ਵਿੱਚ ਲਿਖਿਆ ਹੈ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ ਹੁਣ ਲਿਖਿਆ ਹੈ ਕਿ ਕੁਆਰੀ ਗਰਭਵਤੀ ਹੋਵੇਗੀ ਹੁਣ ਇੱਕ ਕੁਆਰੀ ਦਾ ਗਰਭਵਤੀ ਹੋਣਾ ਅਤੇ ਇੱਕ ਬੱਚੇ ਨੂੰ ਜਨਮ ਦੇਣਾ ਹੁਣ ਵਚਨ ਦੇ ਵਿੱਚ ਸ਼ਹਿਨਬੀ ਇਸ ਗੱਲ ਦੇ ਉੱਤੇ ਚਰਚਾ ਕਰਦਾ ਹੈ ਕਿ ਕੁਆਰੀ ਹੀ ਗਰਭਵਤੀ ਹੋਏਗੀ ਹੁਣ ਜਦੋਂ ਉਹ ਕੁਆਰੀ ਹੈ ਤੇ ਉਹ ਕੁਆਰੀ ਸਦਾ ਦੇ ਲਈ ਹੈ ਇਹ ਨਹੀਂ ਲਿਖਿਆ ਹੈਗਾ ਉਹਦੇ ਕਿ ਇੱਕ ਕੁਆਰੀ ਗਰਭਵਤੀ ਹੋਏਗੀ ਤੇ ਉਹਦੇ ਬਾਅਦ ਉਹਦੇ ਹੋਰ 3 ਪੁੱਤਰ ਹੋਣਗੇ ਇਸ ਤਰ੍ਹਾਂ ਵਚਨ ਦੇ ਵਿੱਚ ਨਹੀਂ ਲਿਖਿਆ ਹੈ ਉਹ ਕੁਆਰੀ ਸਦਾ ਦੇ ਲਈ ਕੁਆਰੀ ਹੈ ਤੇ ਕੁਆਰੀ ਹੀ ਰਹੇਗੀ ਤੇ ਨਾਲ ਹੀ ਨਾਲ ਪਿਆਰਿਓ ਅਸੀਂ ਮਾਂ ਮਰੀਮ ਦੇ ਬਾਰੇ ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਉਹ ਮਾਂ ਮਰੀਮ ਸਾਨੂੰ ਪਿਆਰ ਕਰਦੀ ਹੈ ਕਿਉਂਕਿ ਉਸ ਦਾ ਬੇਟਾ ਆਪਣੇ ਮੰਨਣ ਵਾਲਿਆਂ ਨੂੰ ਪਿਆਰ ਕਰਦਾ ਹੈ ਉਹਦੇ ਪੈਰੋਕਾਰਾਂ ਨੂੰ ਪਿਆਰ ਕਰਦਾ ਹੈ ਤੇ ਫਿਰ ਮਾਂ ਵੀ ਉਨਾਂ ਹੀ ਪਿਆਰ ਕਰਦੀ ਹੈ ਤੇ ਇਸ ਕਰਕੇ ਅਸੀਂ ਉਸ ਮਾਂ ਦੀ ਸ਼ਿਫਾਰਿਸ਼ ਮੰਗਣੀ ਹੈ ਉਸ ਮਾਂ ਦੇ ਕੋਲ ਜਾਣਾ ਹੈ ਤੇ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਾਂ ਸ਼ੁਰੂ ਤੋਂ ਹੀ ਕਲਿਸੀਆ ਦਾ ਹਿੱਸਾ ਰਹੀ ਹਿੱਸਾ ਬਣ ਕੇ ਰਹੀ ਅਸੀਂ ਚਿਲਿਆਂ ਦਾ ਖਰਤਵ ਉਸ ਦਾ ਪਹਿਲਾ ਅਧਿਆਇ 14ਵੀਂ ਆਇਤ ਦੇ ਵਿੱਚ ਲਿਖਿਆ ਹੈ ਕਿ ਉਹ ਸਾਰੇ ਕੁਝ ਔਰਤਾਂ ਸਣੇ ਜਿਨ੍ਹਾਂ ਵਿੱਚ ਪ੍ਰਭੂ ਯਿਸੂ ਮਸੀਹ ਦੀ ਮਾਂ ਮਰੀਯਮ ਵੀ ਸੀ ਦੇਖੋ ਮਾਂ ਮਰੀਯਮ ਉਹਨਾਂ ਰਸੂਲਾਂ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਦੀ ਰਹੀ ਹਿੱਸਾ ਬਣੀ ਰਹੀ ਇਹ ਨਹੀਂ ਕਿ ਮਾਂ ਮਰੀਯਮ ਪ੍ਰਭੂ ਯਿਸੂ ਮਸੀਹ ਦੀ ਮੌਤ ਦੇ ਬਾਅਦ ਉਹਦਾ ਕਲਿਸੀਆ ਦੇ ਨਾਲ ਨਾਤਾ ਟੁੱਟ ਗਿਆ ਉਹਦਾ ਜੋ ਖੁਦਾ ਦੀ ਯੋਜਨਾ ਸੀ ਉਹਦੇ ਬਾਅਦ ਉੱਥੇ ਪਰਬੂ ਯਿਸੂ ਮਸੀਹ ਦਾ ਜਨਮ ਤੱਕ ਹੀ ਉਹਦੀ ਯੋਜਨਾ ਸੀਮਤ ਸੀਗੀ ਨਹੀਂ ਉਸਨੇ ਅੱਜ ਤੱਕ ਕਲਿਸਿਆ ਦੀ ਬੇਤਰੀ ਦੇ ਵਾਸਤੇ ਵਿਸ਼ਵਾਸੀਆਂ ਦੀ ਬੇਤਰੀ ਦੇ ਵਾਸਤੇ ਗੁਨਾਹਗਾਰਾਂ ਦੀ ਬੇਤਰੀ ਦੇ ਵਾਸਤੇ ਆਪਣਾ ਰੋਲ ਅਦਾ ਕੀਤਾ ਹੈ ਇਸ ਕਰਕੇ ਪਿਆਰੇ ਦੋਸਤੋ ਅਸੀਂ ਮਾਂ ਮਰੀਯਮ ਨੂੰ ਇੱਜ਼ਤ ਮਾਂ ਮਰੀਯਮ ਨੂੰ ਮਾਣ ਦੇਣਾ ਹੈ ਤੇ ਪਿਆਰਿਓ ਅਸੀਂ ਕੂਚ ਦੇ ਗ੍ਰੰਥ ਦੇ ਵਿੱਚ ਪੜ੍ਹਦੇ ਹਾਂ ਕਿ ਤੀਸਰੇ ਅਧਿਆਇ ਦੇ ਵਿੱਚ ਕਿ ਜਦੋਂ ਮੂਸਾ ਪੇਡਾਂ ਚੱਲ ਰਿਹਾ ਸੀ ਤੇ ਉਸਨੇ ਇੱਕ ਬਲਦੀ ਹੋਈ ਝਾੜੀ ਦੇਖੀ ਜਿਸ ਨੂੰ ਅੱਗ ਲੱਗੀ ਹੋਈ ਸੀ ਹੁਣ ਅੱਗ ਲੱਗੀ ਹੋਈ ਹੈ ਲਾਟਾਂ ਦੇ ਵਿੱਚ ਹੈ ਉਹ ਝਾੜੀ ਲੇਕਿਨ ਉਹ ਭਜਮ ਨਹੀਂ ਹੋ ਰਹੀ ਸੀ ਦੇਖੋ ਕੁਝ ਵਿਦਵਾਨ ਹਨ ਜੋ ਇਸ ਬਲਦੀ ਹੋਈ ਝਾੜੀ ਨੂੰ ਮਾਂ ਮਰੀਮ ਦੇ ਨਾਲ ਉਹਦੀ ਤੁਲਨਾ ਕਰਦੇ ਹਨ ਕਿ ਦੇਖੋ ਇੱਕ ਅੱਗ ਦੇ ਵਿੱਚ ਕੋਈ ਵੀ ਅਸੀਂ ਲੱਕੜ ਪਾ ਦਈਏ ਉਹ ਲੱਕੜ ਜਲ ਜਾਵੇਗੀ ਭਾਵੇਂ ਉਹ ਹਰੀ ਵੀ ਹੈ ਉਹ ਫਿਰ ਵੀ ਜਲ ਜਾਵੇਗੀ। ਲੇਕਿਨ ਇੱਥੇ ਅਸੀਂ ਦੇਖਦੇ ਹਾਂ ਕਿ ਉਹ ਬਲਦੀ ਝਾੜੀ ਦੇ ਵਿੱਚ ਖੁਦਾ ਦੀ ਜਿੱਥੇ ਮੌਜੂਦਗੀ ਹੁੰਦੀ ਹੈ ਜਿੱਥੇ ਖੁਦਾ ਦਾ ਪਹਿਰਾ ਹੁੰਦਾ ਹੈ ਜਿੱਥੇ ਖੁਦਾ ਆਪ ਆਵਾਜ਼ ਕਰਦਾ ਹੈ ਉੱਥੇ ਇਹੋ ਜੇ ਚਮਤਕਾਰ ਸੰਭਵ ਨੇ। ਉਸੇ ਤਰ੍ਹਾਂ ਹੀ ਮਾਮਰੀਅਮ ਦੇ ਜੀਵਨ ਦੇ ਵਿੱਚ ਵੀ ਇਹ ਸੰਭਵ ਸੀ। ਕੀ ਸੰਭਵ ਸੀ? ਉਹਦਾ ਕੁਆਰੇਪਨ ਵਿੱਚ ਹੀ ਗਰਭਵਤੀ ਹੋਣਾ ਪਵਿੱਤਰ ਆਤਮਾ ਦੇ ਦੁਆਰਾ ਇਹ ਸੰਭਵ ਸੀ। ਇਨਸਾਨੀ ਸੋਚ ਦੇ ਮੁਤਾਬਕ ਇਹ ਗੱਲਾਂ ਸਾਡੀ ਸਮਝ ਤੋਂ ਪਰੇ ਹਨ ਅਸੀਂ ਕਦੇ ਵੀ ਨਹੀਂ ਸੋਚ ਸਕਦੇ ਕਿ ਇੱਕ ਔਰਤ ਮਰਦ ਦੇ ਬਿਨਾ ਕਿਸ ਤਰ੍ਹਾਂ ਗਰਭਵਤੀ ਹੋ ਸਕਦੀ ਹੈ ਜਿੰਨੀ ਦੇਰ ਤੱਕ ਔਰਤ ਅਤੇ ਮਰਦ ਇਕੱਠੇ ਨਹੀਂ ਹੁੰਦੇ ਸੰਗ ਨਹੀਂ ਕਰਦੇ ਤੇ ਔਰਤ ਗਰਭਵਤੀ ਨਹੀਂ ਹੋ ਸਕਦੀ ਹੈ ਲੇਕਿਨ ਮਾਂ ਮਰੀਮ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੋਈ ਅਤੇ ਉਹ ਦੂਜਿਆਂ ਦੇ ਲਈ ਮੁਕਤੀ ਦਾ ਵਸੀਲਾ ਇਸ ਦੁਨੀਆ ਦੇ ਵਿੱਚ ਲੈ ਕੇ ਆਈ ਹੁਣ ਦੇਖੋ ਹੋਰ ਵੀ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਹਨ ਅਸੀਂ ਸੈਮੂਅਲ ਦੀ ਪੁਸਤਕ ਦੇ ਵਿੱਚ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਹੰਨਾ ਜੋ ਬਜ਼ੁਰਗ ਸੀ ਬਜ਼ੁਰਗ ਦੇ ਵਾਸਤੇ ਲੋਕੀ ਜਿਹੜੀਆਂ ਔਰਤਾਂ ਦੂਜੀਆਂ ਸਨ ਉਹ ਉਸ ਨੂੰ ਟੀਚਰਾਂ ਕਰਦੀਆਂ ਸਨ ਲੇਕਿਨ ਹੰਨਾ ਨੇ ਰੋ ਰੋ ਕੇ ਦੁਆਵਾ ਕੀਤੀਆਂ ਤੇ ਦੇਖੋ ਬੁਢਾਪੇ ਦੇ ਵਿੱਚ ਖੁਦਾ ਨੇ ਚਮਤਕਾਰ ਕਰ ਦਿੱਤਾ ਉਹ ਗਰਭਵਤੀ ਹੋਈ ਉਹ ਗਰਭਵਤੀ ਵੀ ਕਿਸ ਤਰ੍ਹਾਂ ਹੋਈ ਸੀ ਸੰਗ ਕਰਨ ਦੇ ਦੁਆਰਾ ਲੇਕਿਨ ਹੁਣ ਅਸੀਂ ਜਦੋਂ ਜ਼ਕਰੀਆ ਅਤੇ ਅਲਿਸਬਤ ਦੇ ਬਾਰੇ ਪੜੀਏ ਤੇ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਉਹ ਬੁਢਾਪੇ ਵਿੱਚ ਸਨ ਤੇ ਬੁਢਾਪੇ ਦੇ ਵਿੱਚ ਬਜ਼ੁਰਗਾਂ ਦਾ ਭਾਵੇਂ ਉਹ ਸੰਗ ਵੀ ਕਰ ਲੈਣ ਤੇ ਕਈ ਵਾਰੀ ਬੁਢਾਪੇ ਦੇ ਵਿੱਚ ਉਹ ਬੱਚਾ ਨਹੀਂ ਪੈਦਾ ਕਰ ਸਕਦੇ ਲੇਕਿਨ ਖੁਦਾ ਨੇ ਉੱਥੇ ਦੇਖੋ ਆਪਣਾ ਚਮਤਕਾਰ ਦਿਖਾਇਆ ਬੁਢਾਪੇ ਵਿੱਚ ਉਹਨਾਂ ਨੂੰ ਪਵਿੱਤਰ ਆਤਮਾ ਦੇ ਦੁਆਰਾ ਅਲਿਸਬਤ ਵੀ ਗਰਭਵਤੀ ਹੋਈ ਅਤੇ ਉਸ ਤੋਂ ਯਹੋਨਾ ਬਪਤਿਸਮਾ ਦੇਣ ਵਾਲਾ ਪੈਦਾ ਹੋਇਆ। ਮਤਲਬ ਕਿ ਅਸੰਭਵ ਚੀਜ਼ਾਂ ਨੂੰ ਸੰਭਵ ਕਰਨ ਵਾਲਾ ਖੁਦਾ ਹੈ। ਤੇ ਖੁਦਾ ਉਸ ਕੁਵਾਰੀ ਤੋਂ ਜੇਕਰ ਬੱਚਾ ਪੈਦਾ ਕਰ ਸਕਦਾ ਹੈ ਉਹ ਉਸ ਕੁਵਾਰੀ ਨੂੰ ਸਦਾ ਦੇ ਲਈ ਪਾਕ ਵੀ ਰੱਖ ਸਕਦਾ ਹੈ। ਤੇ ਬਿਆਰਿਓ ਇਹਨਾਂ ਚੀਜ਼ਾਂ ਦੇ ਸਬੂਤ ਸਾਡੇ ਕੋਲ ਹਨ। ਕਲੀਸਿਆ ਸਾਨੂੰ ਸਬੂਤ ਦਿੰਦੀ ਹੈ। ਮਾਂ ਮਰੀਯਮ ਦੀ ਪ੍ਰਭੂ ਯਿਸੂਮਸੀ ਦੀ ਮੌਤ ਦੇ ਬਾਅਦ ਅਤੇ ਮਾਂ ਮਰੀਯਮ ਦੀ ਮੌਤ ਦੇ ਬਾਅਦ ਮਾਂ ਮਰੀਯਮ ਪਹਿਲੀ ਵਾਰੀ ਸੰਨਤ 43 ਦੇ ਵਿੱਚ ਸੰਤ ਯਕੂਬ ਦੇ ਉੱਤੇ ਪ੍ਰਗਟ ਹੋਈ ਪ੍ਰਗਟ ਹੋ ਕੇ ਉਸ ਨੂੰ ਦਰਸ਼ਨ ਦਿੱਤੇ ਅਤੇ ਆਖਿਆ ਕਿ ਤੂੰ ਡਰਨਾ ਨਹੀਂ ਹੈ ਇਹ ਜਿੰਨੇ ਵੀ ਇੱਥੇ ਲੋਕ ਜਿਨ੍ਹਾਂ ਦੇ ਵਿੱਚ ਤੂੰ ਪ੍ਰਚਾਰ ਕਰਨ ਦੇ ਲਈ ਆਇਆ ਹੈ ਉਹ ਸਾਰੇ ਮੇਰੇ بیٹے ਦੇ ਆਪਣੇ ਚੁਣੇ ਹੋਏ ਲੋਕ ਹਨ ਦੇਖੋ ਮਾਂ ਮਰੀਮ ਕਿਸ ਤਰ੍ਹਾਂ ਜ਼ਾਹਿਰ ਹੁੰਦੀ ਰਹੀ ਸਮੇਂ-ਸਮੇਂ ਤੇ ਜ਼ਾਹਿਰ ਹੁੰਦੀ ਰਹੀ ਹੁਣ ਤੁਸੀਂ ਜੇਕਰ Google ਦੇ ਵਿੱਚ ਟਾਈਪ ਕਰੋ ਕਿ ਉੱਥੇ ਲੁਰਦਸ ਲਿਖਣਾ ਤੇ ਲੁਰਦਸ ਦੀ ਸਾਰੀ ਤੁਹਾਨੂੰ ਕਹਾਣੀ ਉਸ Google ਦੇ ਵਿੱਚ ਵੀ ਮਿਲ ਜਾਵੇਗੀ ਹੁਣ ਜਦੋਂ ਮਾਂ ਮਰੀਮ ਲੁਰਦਸ ਵਿਖੇ ਬਰਨਾਦਿਤ ਨਾਂ ਦੀ ਕੁਆਰੀ ਦੇ ਉੱਤੇ ਪ੍ਰਗਟ ਹੋਈ ਦੇਖੋ ਉਸ ਨੂੰ ਵੀ ਸੰਦੇਸ਼ ਦਿੱਤਾ ਅਤੇ ਉਸ ਉੱਤੇ ਹੀ ਪ੍ਰਗਟ ਹੋ ਕੇ ਉਸਨੇ ਆਖਿਆ ਕਿ ਮੈਂ ਜਦੋਂ ਬਰਨਾਦਿਤ ਨੇ ਪੁੱਛਿਆ ਕਿ ਲੋਕ ਜੇਕਰ ਮੇਰੇ ਤੋਂ ਪੁੱਛਣਗੇ ਕਿ ਤੁਸੀਂ ਕਿਹਦੇ ਤੋਂ ਦਰਸ਼ਨ ਕੀਤੇ ਹਨ ਤਾਂ ਮੈਂ ਕੀ ਜਵਾਬ ਦੇਵਾਂਗੀ ਤਾਂ ਮਾਂ ਮਰੀਮ ਨੇ ਆਖਿਆ ਸੀ ਮੈਂ ਬੇਦਾਗ ਹਾਂ ਆਈ ਐਮ ਇਮਾਕੂਲੇਟ ਮਤਲਬ ਕਿ ਕੋਈ ਦਾਗ ਨਹੀਂ ਹੈ ਮੇਰੇ ਵਿੱਚ ਮੈਂ ਉਹ ਹਾਂ ਉਹ ਸ਼ਖਸ ਹਾਂ ਮਾਂ ਮਰੀਮ ਦੇ ਵਿੱਚ ਕੋਈ ਪਾਪ ਨਹੀਂ ਕੋਈ ਦਾਗ ਨਹੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਕਿ ਇਹੋ ਹੀ ਕਾਰਨ ਸੀ ਕਿ ਫਰਿਸ਼ਤੇ ਨੇ ਆ ਕੇ ਉਸ ਨੂੰ ਸਲਾਮ ਬੁਲਾਈ ਫਰਿਸ਼ਤੇ ਨੇ ਆ ਕੇ ਉਸ ਨੂੰ ਦਰਸ਼ਨ ਦਿੱਤੇ ਉਸ ਦੇ ਨਾਲ ਗੱਲਾਂ ਕੀਤੀਆਂ ਦੇਖੋ ਖੁਦਾ ਦਾ ਸੰਦੇਸ਼ ਉਸ ਤੱਕ ਲੈ ਕੇ ਆਇਆ ਕਿਉਂਕਿ ਫਰਿਸ਼ਤੇ ਵੀ ਜਾਣਦੇ ਸਨ ਕਿ ਇਹ ਕੁਆਰੀ ਖੁਦਾ ਦੀ ਮਾਂ ਹੈ ਮੁਕਤੀਦਾਤੇ ਦੀ ਮਾਂ ਹੈ ਇਸ ਕਰਕੇ ਅਸੀਂ ਉਸ ਮਾਂ ਦਾ ਆਦਰ ਕਰਨਾ ਹੈ ਜੋ ਸਾਡੇ ਮਨ ਦੇ ਵਿੱਚ ਜੋ ਪ੍ਰੈਜੂਡਿਸ ਨੇ ਜੋ ਬੁਰੇ ਖਿਆਲ ਨੇ ਮਾਂ ਮਰੀਮ ਦੇ ਬਾਰੇ ਉਹ ਅਸੀਂ ਕੱਢਨੇ ਹਨ ਦੇਖੋ ਪਿਆਰਿਓ ਦੂਸਰੀ ਗੱਲ ਹੈ ਕਿ ਹੁਣ ਕਈ ਕਹਿੰਦੇ ਹਨ ਕਿ ਮਾਂ ਮਰੀਮ ਦੀ ਸ਼ਿਫਾਰਿਸ਼ ਕਿਉਂ ਮੰਗਣੀ ਹੈ ਇਹ ਸ਼ਿਫਾਰਿਸ਼ ਹੈ ਇਹ ਪ੍ਰਾਰਥਨਾ ਨਹੀਂ ਹੈ ਪ੍ਰਾਰਥਨਾ ਸੀ ਸਿਰਫ ਸਿੱਧੀ ਯਿਸੂm ਸੀਧੀ ਅੱਗੇ ਕਰਦੇ ਹਾਂ ਖੁਦਾ ਬਾਪ ਦੇ ਅੱਗੇ ਕਰਦੇ ਹਾਂ ਇਹ ਹੈ ਸ਼ਿਫਾਰਿਸ਼ ਸ਼ਿਫਾਰਿਸ਼ ਦਾ ਤੁਹਾਨੂੰ ਮਤਲਬ ਪਤਾ ਹੋਣਾ ਚਾਹੀਦਾ ਹੈ ਇੰਟਰਸੈਸ਼ਨ ਇੰਟਰਸੈਸ਼ਨ ਮਤਲਬ ਕਿ ਇੰਟਰਸੀਡਿੰਗ ਉਹ ਸਾਡੇ ਲਈ ਸ਼ਿਫਾਰਿਸ਼ ਕਰਦੀ ਹੈ ਜਿਸ ਤਰ੍ਹਾਂ ਉਸਨੇ ਪਵਿੱਤਰ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਯਹੋਨਾ ਦੀ ਅੰਜੀਲ ਦੂਸਰਾ ਅਧਿਆਏ ਉਹਦੀ ਪਹਿਲੀ ਆਇਤ ਦੇ ਵਿੱਚ ਪੜ੍ਹਦੇ ਹਾਂ ਕਿ ਕਾਨਾ ਗਲੀਲ ਦੇ ਵਿੱਚ ਵਿਆਹ ਦੇ ਦੌਰਾਨ ਮਾਂ ਮਰੀਯਮ ਨੇ ਯੀਸੂ ਦੇ ਅੱਗੇ ਸ਼ਿਫਾਰਿਸ਼ ਕੀਤੀ ਕਿ ਇਹਨਾਂ ਦੇ ਕੋਲ ਮੈਂ ਖਤਮ ਹੋ ਗਈ ਹੈ ਤੇ ਪ੍ਰਭੂ ਯੀਸੂ ਮਸੀਹ ਨੇ ਕੀ ਆਖਿਆ ਸੀ ਮੇਰਾ ਵੇਲਾ ਅਜੇ ਨਹੀਂ ਆਇਆ ਹੈ ਨਾਲੇ ਤੋਂ ਤੁਹਾਨੂੰ ਕੀ ਤੇ ਮੈਨੂੰ ਕੀ ਹੈ ਤੇ ਉਹਨਾਂ ਦਾ ਆਪਣਾ ਪਰਿਵਾਰਿਕ ਮਸਲਾ ਹੈ ਪਰ ਅਸੀਂ ਜਾਣਦੇ ਹਾਂ ਕਿ ਮਾਂ ਮਰੀਮ ਦੇ ਘਰ ਉੱਤੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਉਹ ਜ਼ਿੰਦਗੀ ਦਾ ਪਹਿਲਾ ਮੌਜਜਾ ਕਾਨਾ ਸ਼ਹਿਰ ਦੇ ਵਿੱਚ ਕੀਤਾ ਕਿਉਂ ਕੀਤਾ ਕਿਉਂਕਿ ਮਾਂ ਨੇ ਆਖਿਆ ਸੀ ਮਾਂ ਨੇ ਸ਼ਿਫਾਰਿਸ਼ ਕੀਤੀ ਸੀ ਹੁਣ ਜਦੋਂ ਅਸੀਂ ਮਾਂ ਮਰੀਮ ਦੇ ਅੱਗੇ ਸ਼ਿਫਾਰਿਸ਼ ਕਰਦੇ ਆ ਤੇ ਉਹ ਆਪਣੇ ਬੇਟੇ ਦੇ ਅੱਗੇ ਸਾਡੀਆਂ ਅਰਜ਼ਾ ਮੰਤਾਂ ਪੇਸ਼ ਕਰਦੀ ਹੈ ਬੇਟੇ ਤੋਂ ਕੰਮ ਕਰਾਉਂਦੀ ਹੈ ਉਹ ਆਬਰਕਤਾ ਨਹੀਂ ਦਿੰਦੀ ਹੈ ਉਹਨੂੰ ਕੋਈ ਬਰਕਤਾਂ ਦੇਣ ਦਾ ਅਧਿਕਾਰ ਨਹੀਂ ਹੈ ਉਹ ਸਿਰਫ ਸਾਡੇ ਲਈ ਅਰਜ਼ਾਂ ਕਰਦੀ ਹੈ ਸਾਡੀਆਂ ਅਰਜ਼ਾਂ ਨੂੰ ਆਪਣੇ ਬੇਟੇ ਦੇ ਅੱਗੇ ਪੇਸ਼ ਕਰਦੀ ਹੈ ਤੇ ਬੇਟਾ ਸਾਡੇ ਲਈ ਉਹ ਜਿਹੜੀਆਂ ਚੀਜ਼ਾਂ ਜਿਹਦੀ ਅਸੀਂ ਮੰਗ ਕਰਦੇ ਆ ਉਹਦੇ ਦੁਆਰਾ ਉਹ ਸਾਨੂੰ ਦੇ ਦਿੰਦਾ ਹੈ ਜਿਸ ਤਰ੍ਹਾਂ ਕਾਨਾ ਸ਼ਹਿਰ ਦੇ ਵਿੱਚ ਹੋਇਆ ਉਸ ਤਰ੍ਹਾਂ ਸਾਡੇ ਨਾਲ ਹੁੰਦਾ ਹੈ ਇਸ ਕਰਕੇ ਅਸੀਂ ਮਾਂ ਮਰੀਮ ਦੀ ਸ਼ਿਫਾਰਿਸ਼ ਜ਼ਿੰਦਗੀ ਦੇ ਵਿੱਚ ਮੰਗਦੇ ਰਹਿਣਾ ਹੈ ਤੇ ਪਿਆਰਿਓ ਅਸੀਂ ਹਿਜ਼ਕੀਏਲ ਨਵੀ ਦੀ ਪੁਸਤਕ ਉਸ ਦਾ 44 ਅਧਿਆਇ ਉਸ ਦੀ ਦੂਜੀ ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ ਹਿਜ਼ਕੀਏਲ ਨਵੀ ਇੱਕ ਦਰਸ਼ਨ ਵੇਖਦਾ ਹੈ ਤੇ ਉਹ ਦਰਸ਼ਨ ਕਿਹੜਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਪੜ੍ਹ ਕੇ ਦੱਸਾਂਗਾ ਤਦ ਉਹ ਮਨੁੱਖ ਮੈਨੂੰ ਮੰਦਰ ਦੇ ਇਲਾਕੇ ਦੇ ਪੂਰਬੀ ਪਾਸੇ ਦੇ ਬਾਹਰਲੇ ਫਾਟੇ ਕੋਲ ਲੈ ਗਿਆ ਉਹ ਫਾਟਕ ਬੰਦ ਸੀ ਪ੍ਰਭੂ ਨੇ ਮੈਨੂੰ ਕਿਹਾ ਇਹ ਫਾਟਕ ਹਮੇਸ਼ਾ ਬੰਦ ਰਹੇਗਾ ਅਤੇ ਕਦੀ ਖੋਲਿਆ ਨਹੀਂ ਜਾਵੇਗਾ ਪਿਆਰਿਓ ਜਦੋਂ ਅਸੀਂ ਇਹ ਵਚਨਾਂ ਦੇ ਉੱਤੇ ਚਰਚਾ ਕਰੀਏ ਤੇ ਬਹੁਤ ਸਾਰੇ ਵਿਦਵਾਨ ਆਪਣੀ ਪ੍ਰਾਰਥਨਾ ਕਰਨ ਦੇ ਬਾਅਦ ਆਪਣੀ ਰਿਫਲੈਕਸ਼ਨ ਹਨ ਜੋ ਆਪਣੇ ਸੋਚ ਵਿਚਾਰ ਹਨ ਇਸ ਵਚਨ ਦੇ ਉੱਤੇ ਦੱਸਦੇ ਹਨ ਉਹ ਇਹ ਵਚਨਾਂ ਨੂੰ ਮਾਂ ਮਰੀਅਮ ਦੀ ਕੁੱਖ ਦੇ ਨਾਲ ਤੁਲਨਾ ਕਰਦੇ ਹਨ ਕਿ ਇਹ ਜੋ ਕੁੱਖ ਹੈ ਇਹਦਾ ਜੋ ਦਰਵਾਜ਼ਾ ਇਹ ਬੰਦ ਹੈ ਅਤੇ ਇਹ ਬੰਦ ਹੀ ਰਹੇਗਾ ਮਤਲਬ ਕਿ ਮਾਂ ਮਰੀਅਮ ਹਮੇਸ਼ਾ ਕੁਆਰੀ ਹੈ ਅਤੇ ਉਹ ਕੁਆਰੀ ਹੀ ਰਹੇਗੀ ਦੇਖੋ ਕਿੰਨੀਆਂ ਡੂੰਘੀਆਂ ਗੱਲਾਂ ਪਵਿੱਤਰ ਵਚਨ ਦੇ ਵਿੱਚ ਹੀ ਲਿਖੀਆਂ ਹੋਈਆਂ ਨੇ ਤੇ ਪਿਆਰੇ ਉਹ ਇਹੋ ਹੀ ਨਹੀਂ ਜਦੋਂ ਤੁਸੀਂ ਕੁਰਾਨ ਸ਼ਰੀਫ ਨੂੰ ਪੜ੍ਹੋ ਤੇ ਉਹਦੇ ਵਿੱਚ ਇੱਕੋ ਹੀ ਔਰਤ ਦਾ ਨਾਮ ਆਉਂਦਾ ਹੈ ਅਤੇ ਉਹ ਹੈ حضرت ਮਰੀਮ ਪ੍ਰਭੂ ਯੀਸੂ ਮਸੀਹ ਦੀ ਮਾਂ ਮਰੀਮ ਜਿਸ ਨੂੰ ਉਹਨਾਂ ਨੇ ਮੁਬਾਰਕ ਜਿਸ ਨੂੰ ਉਹਨਾਂ ਨੇ ਸਭ ਤੋਂ ਆਲੀ ਔਰਤ ਸਾਰੀਆਂ ਔਰਤਾਂ ਦੇ ਵਿੱਚੋਂ ਮਹਾਨ ਔਰਦਾ درجہ ਦਿੱਤਾ ਹੈ ਤੇ ਫਿਰ ਅਸੀਂ ਕੌਣ ਹੁੰਦੇ ਹਾਂ ਕਿ ਅਸੀਂ ਮਾਂ ਮਰੀਮ ਦੇ ਨੁਕਤਾ ਚੀਨੀ ਕਰੀਏ ਜਾਂ ਮਾਂ ਮਰੀਮ ਦੀ ਪਵਿੱਤਰਤਾ ਦੇ ਬਾਰੇ ਅਸੀਂ ਸੋਚ ਵਿਚਾਰ ਕਰੀਏ ਕੌਣ ਹੁੰਦੇ ਹਾਂ ਅਸੀਂ ਤੇ ਪਿਆਰਿਓ ਪਾਕ ਅੰਜੀਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜੋ ਮਾਂ ਮਰੀਮ ਦਾ ਜੋ ਨਾਮ ਹੈ ਉਹ 19 ਵਾਰ ਹੀ ਆਉਂਦਾ ਹੈ ਉਸ ਦਾ ਲੂਕਾ ਦੀ ਅੰਜੀਲ ਦੇ ਵਿੱਚ 12 ਵਾਰੀ ਅਤੇ ਮਤੀ ਦੀ ਅੰਜੀਲ ਵਿੱਚ 5 ਵਾਰੀ ਮਰਕਸ ਦੀ ਅੰਜੀਲ ਵਿੱਚ ਇੱਕ ਵਾਰੀ ਅਤੇ ਚੇਲਿਆਂ ਦੇ ਕਰਤਵ ਦੇ ਵਿੱਚ ਵੀ ਇੱਕ ਵਾਰੀ ਆਉਂਦਾ ਹੈ ਪਰ ਕੁਰਾਨ ਸ਼ਰੀਫ ਦੇ ਵਿੱਚ ਉਸ ਦਾ ਜੋ ਜ਼ਿਕਰ ਹੈ 70 ਵਾਰ ਤੋਂ ਵੀ ਵੱਧ ਹੈ ਇਸ ਕਰਕੇ ਪਿਆਰਿਓ ਅਸੀਂ ਕਦੇ ਵੀ ਮਾਂ ਮਰੀਮ ਦੀ ਪਵਿੱਤਰਤਾ ਮਾਂ ਮਰੀਮ ਦੇ ਕੁਆਰਪਨ ਅਤੇ ਮਾਂ ਮਰੀਮ ਖੁਦਾ ਦੀ ਮਾਂ ਦੇ ਉੱਤੇ ਅਸੀਂ ਕੋਈ ਵੀ ਵਿਚਾਰ ਨਹੀਂ ਕਰਨਾ ਹੈ ਅਸੀਂ ਉਸ ਚੰਦ ਵੱਲ ਥੁੱਕਣਾ ਵੀ ਨਹੀਂ ਹੈ ਕਹਿੰਦੇ ਹਨ ਕਿ ਜਿਹੜਾ ਉਸ ਚੰਦਵਲ ਥੁੱਕਦਾ ਹੈ ਉਹ ਆਪਣਾ ਮੂੰਹ ਗੰਦਾ ਕਰਦਾ ਹੈ ਉਹ ਥੁੱਕ ਉਹਦੇ ਉੱਤੇ ਹੀ ਆਉਂਦਾ ਹੈ ਇਸ ਕਰਕੇ ਕਦੇ ਵੀ ਅਸੀਂ ਆਪਸ਼ਬਦ ਖੁਦਾ ਦੀ ਮਾਂ ਦੇ ਬਾਰੇ ਨਹੀਂ ਬੋਲਨੇ ਹਨ ਹੁਣ ਮੈਂ ਇੱਕ ਛੋਟੀ ਜੀ ਉਦਾਹਰਣ ਤੁਹਾਨੂੰ ਦੇਣਾ ਚਾਹੁੰਦਾ ਹਾਂ ਕੋਈ ਵੀ ਵਿਅਕਤੀ ਹੈ ਚਾਹੇ ਉਹ ਮਹਾਰਾਜਾ ਹੈ ਚਾਹੇ ਉਹ ਕੋਈ ਆਮ ਵਿਅਕਤੀ ਹੈ ਜਦੋਂ ਗੱਲ ਉਹਨਾਂ ਦੀ ਮਾਂ ਦੀ ਬੇਇੱਜ਼ਤੀ ਦੀ ਹੋ ਜਾਂਦੀ ਹੈ ਜਾਂ ਕੋਈ ਗਾਲੀ-ਕਲੋਚ ਹੀ ਕਰ ਦਿੰਦਾ ਹੈ ਤੁਹਾਡੀ ਮਾਂ ਨੂੰ ਜਾਂ ਮੇਰੀ ਮਾਂ ਨੂੰ ਤਾਂ ਮੈਨੂੰ ਕਿੰਨਾ ਬੁਰਾ ਲੱਗਦਾ ਹੈ ਤੁਹਾਨੂੰ ਕਿੰਨਾ ਬੁਰਾ ਲੱਗਦਾ ਹੈ ਲੱਗਦਾ ਹੈ ਕਿ ਨਹੀਂ ਠੀਕ ਉਸੇ ਤਰ੍ਹਾਂ ਹੀ ਜਦੋਂ ਕੋਈ ਪ੍ਰਭੂ ਯਿਸੂ ਦੀ ਮਾਂ ਦੇ ਉੱਤੇ ਕੋਈ ਦੋਸ਼ ਲਾਉਂਦਾ ਹੈ ਤੇ ਯਿਸੂ ਨੂੰ ਬੁਰਾ ਲੱਗੇਗਾ ਕਿ ਨਹੀਂ ਲੇਕਿਨ ਫਿਰ ਵੀ ਸਾਡੀ ਪਿਆਰੀ ਮਾਂ ਮਰੀਯਮ ਉਹ ਜਾਣਦੀ ਹੈ ਕਿ ਇਹ ਬੱਚੇ ਨਦਾਨ ਨਹੀਂ ਉਹ ਮਾਫ ਕਰ ਦਿੰਦੀ ਹੈ ਉਹ ਫਿਰ ਵੀ ਸਾਡੇ ਲਈ ਵਕਾਲਤਾਂ ਕਰਦੀ ਹੈ ਫਿਰ ਵੀ ਸਾਡੇ ਲਈ ਸ਼ਿਫਾਰਸ਼ਾਂ ਕਰਦੀ ਹੈ ਇਸ ਕਰਕੇ ਪਿਆਰਿਓ ਅਸੀਂ ਮਾਂ ਮਰੀਯਮ ਨੂੰ ਆਦਰ ਦੇਈਏ ਮਾਂ ਮਰੀਯਮ ਦੀਆਂ ਸ਼ਿਫਾਰਸ਼ਾਂ ਮੰਗੀਏ ਉਹ ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਵੇਗੀ ਮੈਂ ਤੁਹਾਨੂੰ ਆਪਣੇ ਦੋ ਅਨੁਭਵ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਲੇਕਿਨ ਅੱਜ ਜਦੋਂ ਮੈਂ ਮਾਂ ਮਰੀਮ ਦੇ ਵਿਸ਼ੇ ਦੇ ਉੱਤੇ ਗੱਲ ਕਰ ਰਿਹਾ ਹਾਂ ਤੇ ਮੈਂ ਸਮਝਦਾ ਹਾਂ ਕਿ ਇਹ ਸਾਡੇ ਸਾਰਿਆਂ ਦੇ ਲਈ ਫਾਇਦੇਮੰਦ ਹੋਵੇਗਾ ਜਦੋਂ ਮੈਂ ਰੋਮ ਵਿੱਚ ਪੜਾਈ ਕਰ ਰਿਹਾ ਸੀ ਤਾਂ ਮੈਨੂੰ ਲੁਰਦਸ ਵਿਖੇ ਜਾਣ ਦਾ ਮੌਕਾ ਮਿਲਿਆ ਲੁਰਦਸ ਉਹ ਜਗ੍ਹਾ ਉਹ ਪਹਾੜੀ ਜਿੱਥੇ ਮਾਂ ਮਰੀਮ ਨੇ ਬਰਨਾ ਦਿੱਤ ਨੂੰ ਦਰਸ਼ਨ ਦਿੱਤੇ ਵਾਰ-ਵਾਰ ਦਰਸ਼ਨ ਦਿੱਤੇ ਤੇ ਪਿਆਰਿਓ ਉੱਥੇ ਮੈਂ ਜੋ ਦੁਨੀਆ ਦੇਖੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਦੁਨੀਆ ਆਉਂਦੀ ਹੈ ਅਤੇ ਸਭ ਤੋਂ ਖਾਸ ਜਿਹੜੀ ਚੀਜ਼ ਮੇਰੇ ਮਨ ਨੂੰ ਛੂ ਗਈ ਉਹ ਸੀਗੀ ਕਿ ਉੱਥੇ ਬਹੁਤ ਸਾਰੇ ਲੋਕੀ ਜਿਨ੍ਹਾਂ ਨੇ 40 ਸਾਲਾਂ ਦੇ ਬਾਅਦ ਜਿਨ੍ਹਾਂ ਨੇ 35 ਸਾਲਾਂ ਦੇ ਬਾਅਦ ਜਿਨ੍ਹਾਂ ਨੇ 25 ਸਾਲਾਂ ਦੇ ਬਾਅਦ ਆ ਕੇ ਇਤਰਾਫ ਕੀਤਾ ਕਿਉਂਕਿ ਮੇਰੀ ਜੋ ਉੱਥੇ ਮਿਨਿਸਟਰੀ ਸੀਗੀ ਉਹ ਕੰਫੈਸ਼ਨ ਮਿਨਿਸਟਰੀ ਸੀ ਮੈਂ ਉੱਥੇ ਆਪਣੀ ਸੇਵਾ ਦੇਣ ਦੇ ਲਈ ਗਿਆ ਸੀ ਇਤਰਾਫ ਸੁਣਨ ਦੇ ਲਈ ਅਤੇ ਉੱਥੇ ਬਹੁਤ ਸਾਰੇ ਲੋਕਾਂ ਨੇ ਮਾਂ ਮਰੀਮ ਦੇ ਹਜ਼ੂਰੀ ਦੇ ਵਿੱਚ ਆ ਕੇ ਪਹਿਲਾਂ ਦੁਆਵਾਂ ਕੀਤੀਆਂ ਅਤੇ ਦੁਆਵਾਂ ਦੇ ਬਾਅਦ ਉਹਨਾਂ ਨੇ ਆ ਕੇ ਇਤਰਾਫ ਕੀਤੇ ਅਤੇ ਇਤਰਾਫ ਵੀ ਅੱਧਾ-ਅੱਧਾ ਘੰਟਾ ਇੱਕ-ਇੱਕ ਘੰਟਾ ਆਪਣੀ ਪੂਰੀ ਜ਼ਿੰਦਗੀ ਦੇ ਉੱਤੇ ਆਪਣੀ ਪੂਰੀ ਜ਼ਿੰਦਗੀ ਦੀ ਕਿਤਾਬ ਨੂੰ ਖੋਲ ਕੇ ਰੱਖ ਦਿੰਦੇ ਸੀ ਲੋਕ ਇਹਦਾ ਮਤਲਬ ਹੈ ਕਿ ਉਸ ਜਗ੍ਹਾ ਦੇ ਵਿੱਚ ਬਰਕਤ ਹੈ ਮਾਂ ਮਰੀਮ ਦੀ ਉਸ ਤੀਰਸਥਾਨ ਦੇ ਵਿੱਚ ਬਹੁਤ ਸਾਰੀ ਬਰਕਤ ਹੈ ਕਿੰਨੇ ਲੋਕ ਉੱਥੇ ਸ਼ਿਫਾ ਪਾਉਂਦੇ ਹਨ ਰੂਹਾਨੀ ਤੌਰ ਤੇ ਜਿਸਮਾਨੀ ਤੌਰ ਤੇ ਹੁਣ ਇਹ ਰੋਹਾਨੀ ਤੌਰ ਤੇ ਜਿਹੜੀ ਗੱਲ ਸੀਗੀ ਉਹ ਮੈਂ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਇਹ ਜੋ ਲੋਕ ਉੱਥੇ ਮਾਂ ਮਰੀਮ ਦੀ ਹਜ਼ੂਰੀ ਵਿੱਚ ਆ ਜਾਂਦੇ ਨੇ ਉਹਨਾਂ ਦਾ ਦਿਲ ਬਦਲ ਜਾਂਦਾ ਹੈ ਤੇ ਜਦੋਂ ਦਿਲ ਬਦਲ ਜਾਵੇ ਤੇ ਉਹ ਫਿਰ ਖੁਦਾ ਦੇ ਨਾਲ ਜੁੜ ਜਾਂਦੇ ਹਨ ਹੁਣ ਕਈ ਲੋਕ ਉੱਥੇ ਸ਼ਰੀਰਿਕ ਬਿਮਾਰੀਆਂ ਦੇ ਨਾਲ ਆਉਂਦੇ ਹਨ ਤੇ ਪਿਆਰੇ ਉਹ ਜਿਹੜਾ ਝਰਨਾ ਜੋ ਬਰਨਾ ਦੇ ਇਤਨੇ ਉਸ ਵਕਤ ਖੋਦਿਆ ਸੀ ਉਹ ਝਰਨਾ ਅੱਜ ਤੱਕ ਮੌਜੂਦ ਹੈ ਉਸ ਪਾਣੀ ਦੇ ਦੁਆਰਾ ਅੱਜ ਵੀ ਲੋਕ ਸ਼ਿਫਾ ਪਾਉਂਦੇ ਹਨ ਬਿਮਾਰੀਆਂ ਤੋਂ ਸ਼ਿਫਾ ਪਾਉਂਦੇ ਹਨ ਤੇ ਇਹੋ ਹੀ ਨਹੀਂ ਪਿਆਰਿਓ ਉੱਥੇ ਹਰ ਰੋਜ਼ ਪਵਿੱਤਰ ਰੋਜ਼ਰੀ ਮਾਲਾ ਦਾ ਜਾਪ ਹੁੰਦਾ ਹੈ ਹਰ ਰੋਜ਼ ਪਵਿੱਤਰ ਰੋਜ਼ਰੀ ਮਾਲਾ ਦਾ ਜਾਪ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉੱਥੇ ਆਉਂਦੇ ਹਨ ਤੇ ਜਦੋਂ ਅਸੀਂ ਵੀ ਉੱਥੇ ਹਰ ਰੋਜ਼ ਰੋਜ਼ਰੀ ਪੜ੍ਹਦੇ ਸੀ ਤਾਂ ਮੈਂ ਉੱਥੇ ਇੱਕ ਔਰਤ ਨੂੰ ਦੇਖਿਆ ਜੋ ਕਾਫੀ ਸੀਨੀਅਰ ਸਿਟੀਜ਼ਨ ਸੀ ਕੋਈ 60 70 ਸਾਲ ਦੀ ਹੋਵੇਗੀ ਉਹ ਵੀਰ ਚੇਲ ਦੇ ਉੱਤੇ ਉਹਨੂੰ ਸੁਣ ਲਿਆਂਦਾ ਗਿਆ ਮਾਂ ਮਰੀਮ ਦਾ ਜੋ ਉਹ ਗਰੋਟੋ ਹੈ ਜਿੱਥੇ ਮਾਂ ਮਰੀਮ ਨੇ ਬਰਨਾ ਦੇ ਤਨੂ ਦਰਸ਼ਨ ਦਿੱਤੇ ਅਸੀਂ ਹਰ ਰੋਜ਼ ਰੋਜ਼ਰੀ ਦੇ ਬਾਅਦ ਉੱਥੇ ਆ ਕੇ ਪ੍ਰਾਰਥਨਾ ਕਰਦੇ ਸੀ ਮੈਂ ਅਤੇ ਮੇਰੇ ਨਾਲ ਇੱਕ ਦੋ ਫਾਦਰ ਮੇਰੇ ਦੋਸਤ ਸੀ ਅਸੀਂ ਹਰ ਰੋਜ਼ ਦੇਖਿਆ ਖਾਸ ਕਰਕੇ ਮੈਂ ਦੇਖਿਆ ਇਹ ਔਰਤ व्हीਲਚੇਅਰ ਤੋਂ ਉੱਠ ਕੇ ਮਾਂ ਮਰੀਮ ਦੇ ਉਸ ਸਟੈਚੂ ਜੋ ਰੱਖਿਆ ਗਿਆ ਹੈ ਉਹ ਗਰੋਟੋ ਦੇ ਸਾਹਮਣੇ ਗੋਡੇ ਟੇਕਣ ਦੀ ਕੋਸ਼ਿਸ਼ ਕਰਦੀ ਸੀ ਗੋਡੇ ਟੇਕ ਕੇ ਪ੍ਰਾਰਥਨਾ ਕਰਨੀ ਚਾਹੁੰਦੀ ਸੀ ਲੇਕਿਨ ਉਦੇ ਐਕਸੀਡੈਂਟ ਹੋਣ ਦੇ ਕਾਰਨ ਉਹਦੀਆਂ ਜੋ ਜੋੜ ਸਨ ਉਹ ਮੁੜ ਨਹੀਂ ਰਹੇ ਸੀ ਉਹ ਗੋਡੇ ਨਹੀਂ ਟੇਕ پا ਰਹੀ ਸੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਲਗਭਗ ਉਸ ਨੂੰ ਅਸੀਂ 4-5 ਦਿਨ ਦੇਖਦੇ ਰਹੇ ਕਿ ਉਹਨੇ ਰੋ ਰੋ ਕੇ ਆ ਕੇ ਪ੍ਰਾਰਥਨਾ ਕਰਨੀ ਕਿ ਮੈਂ ਗੋਡੇ ਟੇਕੇ ਮਾ ਦੇ ਚਰਨਾਂ ਦੇ ਵਿੱਚ ਦੁਆ ਕਰਕੇ ਜਾਵਾਂ ਸ਼ਾਇਦ ਉਹ ਦੁਆ ਕਰਦੀ ਹੋਏਗੀ ਕਿ हे ਮਾਂ ਮਰੀਮ ਮੇਰੇ ਗੋਡਿਆਂ ਦੇ ਵਿੱਚ ਉਹ ਤਾਕਤ ਬਖਸ਼ ਤਾਂ ਕਿ ਮੈਂ ਤੇਰੀ ਹਜ਼ੂਰੀ ਦੇ ਵਿੱਚ ਗੁੱਡ ਟੇਕ ਕੇ ਮੈਂ ਪ੍ਰਾਰਥਨਾ ਕਰ ਸਕਾਂ ਤੇਰੀ ਸ਼ਿਫਾਰਿਸ਼ ਮੰਗ ਸਕਾਂ ਦੇਖੋ ਸ਼ਨੀਵਾਰ ਨੂੰ ਜਦੋਂ ਅਸੀਂ ਰੋਜ਼ ਦੀ ਪੜ ਰਹੇ ਸੀ ਤਾਂ ਪਿਆਰਿਓ ਚਮਤਕਾਰ ਹੋ ਗਿਆ ਇਹ ਔਰਤ ਜੋ ਕਾਫੀ ਦਿਨਾਂ ਤੋਂ ਗੋਡੇ ਟੇਕ ਕੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਰੋ ਰੋ ਕੇ ਪ੍ਰਾਰਥਨਾ ਕੀਤੀ ਚਮਤਕਾਰ ਹੈ ਪਿਆਰੇ ਉਹ ਮਾਂ ਮਰੀਮ ਆਪਣੇ ਮੰਗਣ ਵਾਲਿਆਂ ਦੇ ਉੱਤੇ ਧਿਆ ਕਰਦੀ ਹੈ ਆਪਣੇ ਬੇਟੇ ਦੇ ਅੱਗੇ ਸਾਡੀਆਂ ਯਾਚਨਾਵਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਨੂੰ ਪੇਸ਼ ਕਰਦੀ ਹੈ ਠੀਕ ਉਸੇ ਤਰ੍ਹਾਂ ਹੀ ਮੈਨੂੰ ਮੌਕਾ ਮਿਲਿਆ ਫਾਤੀਮਾ ਸ਼ਹਿਰ ਦੇ ਵਿੱਚ ਜਾਣ ਦੇ ਲਈ ਪੁਰਤਗਾਲ ਦਾ ਇੱਕ ਸ਼ਹਿਰ ਹੈ ਫਾਤੀਮਾ ਜਿੱਥੇ ਮਾਂ ਮਰੀਮ ਤਿੰਨ ਛੋਟੇ ਛੋਟੇ ਬੱਚਿਆਂ ਦੇ ਉੱਤੇ ਜ਼ਾਹਿਰ ਹੋਈ ਕਿਸ ਤਰ੍ਹਾਂ ਜ਼ਾਹਿਰ ਹੋਈ ਇਹ ਭੇਡਾਂ ਚਾਰਨ ਵਾਲੇ ਬੱਚੇ ਸੀ ਤਿੰਨ ਬੱਚਿਆਂ ਨੂੰ ਦਰਸ਼ਨ ਦਿੱਤੇ ਜਸਿੰਤਾ ਫ੍ਰਾਂਸਿਸ ਅਤੇ 루ਸੀ ਇਹ ਤਿੰਨ ਬੱਚੇ ਭੇਡਾਂ ਚਾਰਨ ਵਾਲੇ ਸਨ ਅਤੇ ਇਹਨਾਂ ਉੱਤੇ ਵੀ ਵਾਰ-ਵਾਰ ਜ਼ਾਹਿਰ ਹੋਈ ਉਹ ਪਹਿਲਾਂ ਪਛਾਣ ਨਹੀਂ ਸਕੇ ਕਿ ਇਹ ਕੌਣ ਹੈ कौन औरत है जड़ी ਇਹਨਾਂ ਨੂੰ ਵਾਰ-ਵਾਰ ਦਰਸ਼ਨ ਦਿੰਦੀ ਹੈ ਹਾਂ ਪਿਆਰੀਓ ਮਾਂ ਮਰੀਮ ਸਮੇਂ-ਸਮੇਂ ਤੇ ਜ਼ਾਹਿਰ ਹੋ ਕੇ ਸਾਨੂੰ ਵੱਖਰੇ-ਵੱਖਰੇ ਸੰਦੇਸ਼ ਦਿੰਦੀ ਹੈ ਲੁਰਦਸ ਵਿਖੇ ਉਸ ਨੇ ਸੰਦੇਸ਼ ਦਿੱਤਾ ਕਿ ਸਾਰੇ ਪਾਪੀ ਆਪਣੇ ਪਾਪਾਂ ਤੋਂ ਮੂੰਹ ਮੋੜ ਕੇ ਆਪਣੇ ਇਲਾਕੇ ਦੇ ਫਾਜ਼ਰਾਂ ਦੇ ਨਾਲ ਇਸ ਸਥਾਨ ਉੱਤੇ ਆ ਕੇ ਪ੍ਰਾਰਥਨਾ ਕਰਨ ਤੇ ਅੱਜ ਵੀ ਉਹ ਲੁਰਦਸ ਵਿਖੇ ਪ੍ਰੋਹਿਤ ਆਪਣੀਆਂ ਪੈਰਿਸ਼ਾਂ ਤੋਂ ਲੋਕਾਂ ਨੂੰ ਲੈ ਕੇ ਉੱਥੇ ਪ੍ਰਾਰਥਨਾ ਕਰਨ ਲਈ ਜਾਂਦੇ ਹਨ ਇਸੇ ਕਰਕੇ ਲੋਕੀ ਉੱਥੇ ਇਤਰਾਫ ਕਰਨ ਦੇ ਲਈ ਆਉਂਦੇ ਹਨ ਤੇ ਫਾਤਿਮਾ ਦੇ ਵਿੱਚ ਵੀ ਮਾਂ ਮਰੀਯਮ ਨੇ ਦਰਸ਼ਨ ਦਿੱਤੇ ਤੇ ਇਹੋ ਹੀ ਗੱਲ ਕਹੀ ਕਿ ਸਮਾਂ ਨੇੜੇ ਆ ਗਿਆ ਹੈ ਹਰ ਕੋਈ ਪਛਤਾਵਾ ਕਰੇ ਪਿਆਰਿਓ ਸਾਨੂੰ ਲੋੜ ਹੈ ਮਾਂ ਮਰੀਯਮ ਦੀ ਸ਼ਿਫਾਰਿਸ਼ ਮੰਗਣ ਦੀ ਸਾਨੂੰ ਲੋੜ ਹੈ ਮਾਂ ਮਰੀਯਮ ਦੇ ਕੋਲ ਜਾਣ ਦੀ ਦੂਰ ਨਹੀਂ ਅਸੀਂ ਆਪਣੇ ਹੀ ਮੁਲਕ ਦੇ ਵਿੱਚ ਵੇਖ ਲਈਏ ਕਿ ਮਾਂ ਮਰੀਯਮ ਨੇ ਕਿੰਨੇ ਤੀਰ ਸਥਾਨਾਂ ਦੇ ਉੱਤੇ ਲੋਕਾਂ ਨੂੰ ਦਰਸ਼ਨ ਦਿੱਤੇ ਹਨ ਜਿੰਨੇ ਵੀ ਤੀਰਸਥਾਨ ਹਨ ਚਾਹੇ ਉਹ ਮਾਂ ਮਰੀਮ ਦਾ ਤੀਰਸਥਾਨ ਸਰਦਨੇ ਵਿਖੇ ਹੈ ਮਾਂ ਮਰੀਮ ਦਾ ਤੀਰਸਥਾਨ ਜੋ ਵੈਲੰਕਨੀ ਮ드ਰਾਸ ਵਿੱਚ ਹੈ ਮਾਂ ਮਰੀਮ ਦਾ ਜੋ ਤੀਰਸਥਾਨ ਜੋ ਬੈਂਡਲ ਵਿਖੇ ਕੋਲਕਾਤਾ ਵਿਖੇ ਹੈ ਇਹੋ ਨਹੀਂ ਸਾਡੀ ਆਪਣੇ ਸ਼ੌਣੀ ਦੇ ਗਿਰਜੇ ਦੇ ਵਿੱਚ ਸ਼ਾਂਤੀ ਦੀ ਰਾਣੀ ਮਾਂ ਮਰੀਮ ਦਾ ਜੋ ਤੀਰਸਥਾਨ ਹੈ ਜਿੱਥੇ ਅਸੀਂ ਹਰ ਸਾਲ ਨਵੰਬਰ ਦੇ ਪਹਿਲੇ ਐਤਵਾਰ ਇਕੱਠੇ ਹੁੰਨੇ ਹਾਂ ਕਿੰਨੇ ਲੋਕਾਂ ਦੀਆਂ ਦੁਆਵਾਂ ਮਾ ਮਰੀਮ ਆਪਣੇ ਬੇਟੀ ਅੱਗੇ ਪੇਸ਼ ਕਰਕੇ ਸਾਨੂੰ ਬਰਕਤਾਂ ਦੁਆਈਆਂ ਨੇ ਦੇਖੋ ਇਹ ਮਾ ਮਰੀਮ ਦਾ ਸਾਡੇ ਲਈ ਪਿਆਰ ਹੈ ਇਸ ਕਰਕੇ ਪਿਆਰੇ ਦੋਸਤੋ ਅਸੀਂ ਮਾ ਮਰੀਮ ਨੂੰ ਹਮੇਸ਼ਾ ਹੀ ਇੱਜ਼ਤ ਦਿਈਏ ਉਹਨੂੰ ਪਿਆਰ ਕਰੀਏ ਤੇ ਮਾ ਮਰੀਮ ਸਾਨੂੰ ਵੀ ਪਿਆਰ ਕਰੇਗੀ ਕਿਉਂਕਿ ਉਹ ਸਾਡੀ ਮਾਂ ਹੈ ਉਹ ਸਾਡੀ ਮਾਂ ਹੈ ਅਸੀਂ ਯਹੋਨਾ ਦੀ ਅੰਜੀਲ ਦੇ ਵਿੱਚ ਪੜ੍ਹਦੇ ਹਾਂ ਸੰਤ ਯਹੋਨਾ ਦੀ ਅੰਜੀਲ ਉਸਦਾ 19 ਅਧਿਆਇ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਉਹਦੀ 26 ਅਤੇ 27 ਆਇਤ ਦੇ ਵਿੱਚ ਕਿ ਜਦੋਂ ਯਿਸੂ ਮਸੀਹ ਸਲੀਬ ਦੇ ਉੱਤੇ ਟੰਗਿਆ ਹੋਇਆ ਤਾਂ ਉਸਨੇ ਆਪਣੀ ਮਾਂ ਨੂੰ ਵੇਖਿਆ ਉਸਨੇ ਆਪਣੇ ਪਿਆਰੇ ਛੇਲੇ ਨੂੰ ਵੇਖਿਆ ਤੇ ਉਹਨਾਂ ਨੂੰ ਕੀ ਆਖਿਆ ਸੀਗਾ ਅਸੀਂ ਸੁਣਾਂਗੇ ਉਸਦੀ 26 ਆਇਤ ਦੇ ਵਿੱਚ 19 ਅਧਿਆਇ ਉਹਦੀ 26 ਆਇਤ ਦੇ ਵਿੱਚ ਲਿਖਿਆ ਹੈ ਜਦੋਂ ਯਿਸੂ ਨੇ ਆਪਣੀ ਮਾਂ ਨੂੰ ਅਤੇ ਉਸ ਛੇਲੇ ਨੂੰ ਜਿਸ ਨੂੰ ਉਹ ਪਿਆਰ ਕਰਦਾ ਸੀ ਲਾਗੇ ਖੜੇ ਹੋਏ ਦੇਖਿਆ ਤਾਂ ਉਸਨੇ ਆਪਣੀ ਮਾਂ ਨੂੰ ਆਖਿਆ ਬੀਬੀ ਵੇਖ ਤੇਰਾ ਪੁੱਤਰ ਫਿਰ ਉਸਨੇ ਆਪਣੇ ਚੇਲੇ ਨੂੰ ਆਖਿਆ ਵੇਖ ਤੇਰੀ ਮਾਂ ਦੇਖੋ ਉਸ ਸਮੇਂ ਤੋਂ ਪ੍ਰਭੂ ਯਿਸੂ ਮਸੀਹ ਨੇ ਮਾਂ ਨੂੰ ਆਪਣੇ ਚੇਲੇ ਦੇ ਹਵਾਲੇ ਕਰ ਦਿੱਤਾ ਕਹਿਣ ਤੋਂ ਪਾਪ ਹੈ ਕਿ ਉਸਨੇ ਕਲਿਸੀਆ ਦੇ ਹਵਾਲੇ ਕਰ ਦਿੱਤਾ ਅਤੇ ਉਸ ਸਮੇਂ ਤੋਂ ਉਹ ਚੇਲਾ ਯਿਸੂ ਦੀ ਮਾਂ ਨੂੰ ਯਾਨੀ ਕਿ ਆਪਣੀ ਮਾਂ ਨੂੰ ਉਹ ਚੇਲਿਆਂ ਦੀ ਸੰਗਤੀ ਵਿੱਚ ਲੈ ਗਿਆ ਇਸੇ ਕਰਕੇ ਅਸੀਂ ਚੇਲਿਆਂ ਦਾ ਕਰਤਵ ਉਹਦਾ ਪਹਿਲਾ ਦੇ ਆਇ 14ਵੀਂ ਐਤ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਦੀ ਮੌਤ ਹੋ ਗਈ ਤਾਂ ਮਾਂ ਮਰੀਮ ਚੇਲਿਆਂ ਦੇ ਨਾਲ ਪ੍ਰਾਰਥਨਾ ਕਰ ਰਹੀ ਸੀ ਉਹਨਾਂ ਦੀ ਸੰਗਤੀ ਦੇ ਵਿੱਚ ਸੀ ਤੇ ਅੱਜ ਵੀ ਉਹ ਮਾਂ ਸਾਡੇ ਨਾਲ ਹੈ ਕਲੀਸੀਆ ਦੇ ਨਾਲ-ਨਾਲ ਹੈ ਅਸੀਂ ਉਸ ਮਾਂ ਦੀ ਸ਼ਿਫਾਰਿਸ਼ ਮੰਗਦੇ ਰਹੀਏ ਉਸ ਮਾਂ ਦੇ ਕੋਲ ਆਉਂਦੇ ਰਹੀਏ ਤੇ ਫਿਰ ਸਾਨੂੰ ਕਿਸੇ ਵੀ ਚੀਜ਼ ਦੀ ਥੋੜਾ ਉਹ ਮਾਂ ਨਹੀਂ ਹੋਣ ਦੇਵੇਗੀ ਜਿਸ ਤਰ੍ਹਾਂ ਇੱਕ ਬੱਚੇ ਨੂੰ ਕਿਸੇ ਵੀ ਚੀਜ਼ ਦੀ ਥੋੜੀ ਨਹੀਂ ਹੁੰਦੀ ਚਾਹੇ ਉਹਦਾ ਡੈਡੀ ਉਹਨੂੰ ਚੀਜ਼ ਦੇਵੇ ਜਾਂ ਨਾ ਦੇਵੇ ਪਰ ਮਾਂ ਦੇ ਕੋਲ ਤਰਲਾ ਮਿੰਨਤ ਕਰਨ ਦੇ ਦੁਆਰਾ ਹਰੇਕ ਚੀਜ਼ ਮਿਲ ਜਾਂਦੀ ਹੈ ਮਿਲਦੀ ਹੈ ਕਿ ਨਹੀਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਵੀ ਮਾਂ ਮਰੀਮ ਦੇ ਕੋਲ ਜਾਵਾਂਗੇ ਤਾਂ ਫਿਰ ਸਾਨੂੰ ਵੀ ਉਹ ਸਾਰੀਆਂ ਚੀਜ਼ਾਂ ਮਾਂ ਮੁਹੱਈਆ ਕਰਾਏਗੀ ਆਓ ਅਸੀਂ ਅੱਜ ਫੈਸਲਾ ਕਰੀਏ ਕਿ ਅਸੀਂ ਕਦੇ ਵੀ ਕਿਸੇ ਵੀ ਮਾਂ ਦੇ ਬਾਰੇ ਬੁਰਾ ਨਹੀਂ ਬੋਲਾਂਗੇ ਤੇ ਖਾਸ ਕਰਕੇ ਯਿਸੂ ਦੀ ਮਾਂ ਸਾਡੀ ਮਾਂ ਦੇ ਬਾਰੇ ਕਦੇ ਵੀ ਅਸੀਂ ਅਪ ਸ਼ਬਦ ਨਹੀਂ ਬੋਲਾਂਗੇ ਸਗੋਂ ਅਦਾ ਸਵੀਕਾਰ ਕਰਾਂਗੇ ਤੇ ਉਹਦੀ ਸ਼ਿਫਾਰਿਸ਼ ਅਸੀਂ ਮੰਗਦੇ ਰਵਾਂਗੇ ਖੁਦਾ ਸਾਨੂੰ ਸਾਰਿਆਂ ਨੂੰ ਮਾਂ ਮਰੀਮ ਦੀ ਸ਼ਿਫਾਰਿਸ਼ ਦੇ ਦੁਆਰਾ ਬਹੁਤ ਸਾਰੀਆਂ ਬਰਕਤਾਂ ਨਾਲ ਮਾਲਾ ਮਾਲ ਕਰੇ ਅਤੇ ਖਾਸ ਕਰਕੇ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਹਰ ਰੋਜ਼ ਪਵਿੱਤਰ ਰੋਜ਼ਰੀ ਮਾਲਾ ਦਾ ਜਾਪ ਕਰਨ ਦੇ ਲਈ ਘਰਾਂ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਵਚਨ ਪੜ੍ਹਨ ਦੇ ਲਈ ਉਹ ਤੁਹਾਨੂੰ ਸ਼ਕਤੀ ਦੇਵੇ ਤੁਹਾਡੇ ਲਈ ਅਰਜ਼ਾ ਮਿੰਨਤਾਂ ਕਰੇ ਬਾ ਪਤੇ ਬੇਟੇ ਅਤੇ ਰੂਪ ਆਗ ਦੇਨਾ ਦੇ ਉਤੇ ਆਮੀਨ